ਸਟੈਮਾ ਚਕਰਾਤਾ ਦੇ ਵਿੱਚ ਆਹ ਟਾਈਗਰ ਵਾਟਰਫਾਲ ਅਸੀਂ ਇੱਥੇ ਜਾਣਾ। ਟਾਈਮ ਸਵੇਰ ਦੇ 7:30 ਹੋ ਗਏ ਤੇ ਅਸੀਂ ਸੋਚਿਆ ਵੀ 11 ਵਜੇ ਤੱਕ ਅਸੀਂ ਵਾਪਸ ਆ ਜਾਈਏ ਇੱਥੋਂ। ਇੱਥੇ ਠੰਡ ਬਹੁਤ ਆ, ਰੋੜੂ ਨਾਲੋਂ ਇਹ ਉੱਚਾ। ਰਾਤ ਤਾਂ ਕੁਝ ਦੇਖਿਆ ਨਹੀਂ ਪਰ ਹੁਣ ਦੇਖੋ ਕਿੰਨਾ ਸੋਹਣਾ ਵਿਊ ਆ ਪਿੱਛੇ। ਇੱਥੇ ਹੋਟਲ ਬਹੁਤ ਘੱਟ ਨੇ, ਸਿਰਫ ਇਹੀ ਇੱਕ ਹੋਟਲ ਆ, ਜੈਨ ਸਵੀਟ ਸ਼ੌਪ ਆ ਤੇ ਇਹੀ ਹੋਟਲ ਆ ਤੇ ਵਧੀਆ ਕਾਫੀ ਵੀ। ਹੁਣ ਅਜੇ ਕੋਈ ਖਾਣ ਪੀਣ ਨੂੰ ਖੁੱਲਾ ਨਹੀਂ ਹੋਣਾ, ਆਪਣੇ ਵਾਲਾ ਲੰਗਰ ਪਾਣੀ ਛਕ ਰਹੇ ਆ। ਇੱਕ ਬਾਈਕ ਤੇ ਚੱਲੀਏ, ਇੱਕ ਬਾਈਕ ਤੇ ਤਿੰਨ ਜਾਣੇ ਨਹੀਂ, ਮਤਲਬ ਦੋ ਤੇ ਇੱਕ ਨਹੀਂ, ਅਲੱਗ ਅਲੱਗ ਹੀ ਚੱਲਦੇ ਆ। ਇਹ ਸਾਰਾ ਬਾਜ਼ਾਰ ਹੈ ਇੱਥੇ ਟਾਊਨ ਵੀ ਚਕਰਾਤਾ ਛੋਟਾ ਰਸਤਾ ਦੇਖੋ ਯਾਰ, ਬਸ ਐਵੇਂ ਹੀ ਆ ਸਾਰਾ ਰਸਤਾ ਜਿਹੜਾ ਅਸੀਂ ਕੱਲ੍ਹ ਆਇਆ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਤੁਸੀਂ ਦੇਖਿਆ ਹੀ ਆ, ਜਿਹੜਾ ਅਸੀਂ ਰੋੜੂ ਤੋਂ ਆਏ ਆ ਕੇ ਖਾਸ ਕਰ 19 ਤੋਂ ਜਿਹੜੇ ਲਾਸਟ ਅਸੀਂ 82 ਕਿਲੋਮੀਟਰ ਆਏ ਹਾਂ, ਉਹ ਤਾਂ ਮਤਲਬ ਇੰਨਾ ਸੋਹਣਾ ਰਸਤਾ ਅਸੀਂ ਨਹੀਂ ਦੇਖਿਆ ਪਹਿਲਾਂ, ਇੰਨੀ ਸੋਹਣੀ ਰਾਈਡ, ਸਾਨੂੰ ਮਜ਼ਾ ਆਇਆ ਅਤੇ ਮੰਨੋਗੇ ਮੈਂ 100 ਕਿਲੋਮੀਟਰ ਪਹਾੜਾਂ ਦੇ ਵਿੱਚ ਮਤਲਬ ਬਿਨਾਂ ਰੁਕੇ ਬਾਈਕ ਚਲਾਈ ਹੈ। ਸਾਹਮਣੇ ਉਹ ਰੋਡ ਦੇਖ ਰਹੇ ਹੋ, ਅਸੀਂ ਇੱਧਰੋਂ ਘੁੰਮ ਕੇ ਉਸ ਰੋਡ 'ਤੇ ਹੋ ਕੇ ਅਸੀਂ ਉਸ ਸਾਈਡ ਜਾਣਾ। ਤਾਂ ਕਾਫੀ ਆਪਸ਼ਨਸ ਨੇ ਸਟੇਅ ਦੇ, ਮਤਲਬ ਕਾਫੀ ਹੋਟਲਸ ਵਗੈਰਾ ਬਣੇ ਹੋਏ ਆ। ਜੇ ਤੁਸੀਂ ਫਸਟ ਟਾਈਮ ਚਕਰਾਤਾ ਆ ਰਹੇ ਹੋ, ਅਸੀਂ ਵੀ ਜਿਵੇਂ ਫਸਟ ਟਾਈਮ ਸੀ, ਸਾਨੂੰ ਪਤਾ ਨਹੀਂ ਸੀ, ਨਹੀਂ ਤਾਂ ਅਸੀਂ ਕੱਲ੍ਹ ਹੀ ਇੱਧਰ ਨੂੰ ਆ ਜਾਂਦੇ, ਕਿਉਂਕਿ ਚਕਰਾਤਾ ਮੇਨ ਟਾਊਨ ਦੇ ਵਿੱਚ ਇੰਨੇ ਆਪਸ਼ਨ ਨਹੀਂ ਹੈਗੇ। ਸਟੇਅ ਜੀ, ਵੈਲਕਮ ਟੂ ਟਾਈਗਰ ਫਾਲ। ਇੱਥੇ ਟਿਕਟਸ ਲੱਗਦੀ ਆ ਫੋਰਨ ਅਡਲਟ 30 ਰੁਪਏ, ਬੱਚਿਆਂ ਲਈ 20 ਰੁਪਏ। ਸੋ ਬ੍ਰੇਕਫਾਸਟ ਸਾਡਾ ਆ ਗਿਆ ਜੀ, ਪਰਾਂਠੇ ਮੰਗਵਾਏ ਆ, ਖਾ ਕੇ ਦੇਖਦੇ ਹਾਂ ਕਿਉਂਕਿ ਭੁੱਖ ਬਹੁਤ ਲੱਗੀ ਆ ਸਾਨੂੰ। ਸੋ ਇੱਥੋਂ ਸ਼ੁਰੂ ਹੁੰਦਾ ਟਰੈਕ ਟਾਈਗਰ ਫਾਲ ਦੇ ਲਈ, ਔਰ ਨੀਚੇ ਵੀ ਦੇਖੋ ਨਾ ਬੜੀ ਵਧੀਆ ਕੈਂਪਿੰਗ ਸਾਈਟ ਬਣੀ ਹੋਈ ਆ। 1 ਕਿਲੋਮੀਟਰ ਦਾ ਟਰੈਕ ਆ ਇਹ ਹੈ ਸਾਰਾ ਡਾਊਨ ਹੀ ਆ, ਆਉਂਦੇ ਹੋਏ ਸਾਨੂੰ ਉਸ ਤੋਂ ਵੱਧ ਔਖਾ ਹੋ ਜਾਣਾ ਕਿਉਂਕਿ ਫਿਰ ਉੱਪਰ ਨੂੰ ਆਉਣਾ ਪੈਣਾ। ਐਨਰਜੀ ਫੁੱਲ ਆ, ਟੈਂਕ ਫੁੱਲ ਨਹੀਂ, ਰੋਡ ਰੋਡ ਛਗੇ ਚੰਗੇ। ਜਦੋਂ ਖਾਣ ਬਹਿ ਜਾਈਦਾ ਫਿਰ ਨਹੀਂ ਦੇਖੀਦਾ, ਫਿਰ ਸੰਗ ਸ਼ਰਮ ਨਹੀਂ ਕਰੀਦੀ। ਜਾਂਦੇ ਆਉਂਦੇ ਪਚ ਜੂਗਾ ਆਹ ਸਾਰਾ, ਦੇਖੋ ਕਿੰਨਾ ਵਧੀਆ ਇਹਨਾਂ ਨੇ ਰਾਸਤਾ ਪੱਕਾ ਬਣਾਇਆ ਹੋਇਆ ਤੇ ਨੀਚੇ ਯਾਰ ਬੜੀ ਸੋਹਣੀ ਟੈਰਸ ਫਾਰਮਿੰਗ ਕਰੀ ਹੋਈ ਹੈ ਇਹਨਾਂ ਨੇ ਤੇ ਇੱਥੇ ਬਦਾਮ ਤੇ ਅਖਰੋਟਾਂ ਦੀ ਖੇਤੀ ਬਹੁਤ ਹੁੰਦੀ ਆ। ਸੋ ਉੱਤਰਾਖੰਡ ਟੂਰਿਜ਼ਮ ਨੇ ਬਹੁਤ ਸੋਹਣਾ ਬਣਾਇਆ ਹੋਇਆ ਯਾਰ, ਤਾਂ ਰੱਖਿਆ ਹੋਇਆ ਨਾ ਟਾਈਗਰ ਫਾਲ ਨਾਂ, ਕਿਉਂਕਿ ਜਦੋਂ ਪਾਣੀ ਡਿੱਗਦਾ ਨਾ ਕਹਿੰਦੇ ਟਾਈਗਰ ਦੀ ਦਹਾੜ ਵਰਗੀ ਆਵਾਜ਼ ਆਉਂਦੀ ਹੈ ਇਹਦੀ। ਇੱਧਰ ਮੇਨ ਨੇ ਜਿਹੜੇ ਹੋਟਲਾਂ ਦੇ ਆਪਸ਼ਨ ਨੇ ਨਾ, ਉੱਧਰ ਨਹੀਂ ਹੈਗੇ ਇੰਨੇ। ਰਾਹ ਵੀ ਆ ਰਿਹਾ ਸਾਰਾ, ਇਹ ਜਿਹੜਾ ਸਾਡੇ ਇੱਥੇ ਅਸੀਂ ਰੁਕੇ ਆ ਪਾਰਕਿੰਗ ਪੁਆਇੰਟ ਤੋਂ ਅੱਗੇ ਨੂੰ ਆਵਾਂ ਸੀ, ਅਸੀਂ ਫਿਰ ਬੇਫਾਲਤੂ ਟਰੈਕ ਕੀਤਾ। ਸਾਨੂੰ ਵੈਸੇ ਉੱਥੇ ਲਿਖਿਆ ਵੀ ਉਹੀ ਪਿਆ ਵੀ ਇਹਨਾਂ ਨੇ ਵੀ ਉਹੀ ਪੁਆਇੰਟ ਆ ਹਨਾ, ਹਾਂ ਉੱਥੇ ਲਿਖਿਆ ਸੀ ਟਾਈਗਰ ਫਾਲ ਵੀ ਇਹੀ ਮਤਲਬ ਬੇਸ ਪੁਆਇੰਟ ਕਹਿ ਲਓ ਜਿੱਥੋਂ ਟਰੈਕ ਸ਼ੁਰੂ ਹੁੰਦਾ, ਸ਼ਾਇਦ ਉਹ ਰੋਡ ਕੱਚਾ ਕੁੱਚਾ ਹੋ ਗਿਆ ਤਾਂ ਕਰਕੇ ਨਹੀਂ ਅੱਗੇ ਜਾਣਾ। ਹਾਂ ਨਹੀਂ ਵੈਸੇ ਨੀਚੇ ਕਾਰਜ਼ ਵਗੈਰਾ ਤਾਂ ਕਾਫੀ ਖੜੀਆਂ ਨੇ ਤੇ ਜਾ ਕੇ ਦੇਖਦੇ ਆ, ਪਤਾ ਲੱਗ ਜੂ, ਆਜੋ ਪਤਾ ਲੈਣੇ ਆ। ਵੈਸੇ ਹੁਣ ਆਪਾਂ ਆ ਤਾਂ ਗਏ, ਵਧੀਆ ਕਸਰਤ ਹੋ ਜੂ, ਆਪਾਂ ਟਰੈਕ ਦੇ ਚਾਹ ਚਾਹ ਚ ਪਰੌਂਠੇ ਵੀ ਇੱਕ ਤੋਂ ਵੱਧ ਖਾ ਲਏ ਸੀ, ਚੱਲ ਹਜਮ ਹੋ ਜਾਣਗੇ। ਤੇ ਇੱਥੇ ਲਾਏ ਹੋਏ ਨੇ ਆਲੂ, ਵੈਸੇ ਇੱਥੇ ਤੱਕ ਆਇਆ ਜਾ ਸਕਦਾ, ਅਸੈਸੀਬਲ ਹੈ, ਬਟ ਚਲੋ ਇਹਨਾਂ ਨੇ ਆਪਦਾ ਟੂਰਿਜ਼ਮ ਪ੍ਰਮੋਟ ਕਰਨ ਨੂੰ ਉੱਥੇ ਇੱਕ ਸਟਾਪ ਪੁਆਇੰਟ ਬਣਾਤਾ। ਸੋ ਯਾਰ ਦੇਖੋ ਇੱਥੇ ਕਿੰਨੇ ਝਰਨੇ ਆ ਰਹੇ ਆ, ਇੱਕ ਉੱਧਰੋਂ ਆ ਰਿਹਾ ਸਾਹਮਣੇ ਅਤੇ ਇੱਕ ਇੱਧਰੋਂ ਆ ਰਿਹਾ ਜਿੱਧਰੋਂ ਅਸੀਂ ਆਏ ਹਾਂ। ਦੇਖੋ ਸਾਹਮਣੇ ਤਾਂ ਮੇਨ ਟਾਈਗਰ ਫਾਲ ਆ ਗਿਆ, ਉੱਥੇ ਓਹਲੇ 'ਚ ਆ। ਵਾਹ ਵੀ ਕਿੰਨਾ ਸੋਹਣਾ ਲੱਗ ਰਿਹਾ, ਦੇਖੋ ਕਿੰਨੀ ਤੇਜ਼ ਆ। ਮੈਂ ਹੁਣ ਅੰਮ੍ਰਿਤ ਨੂੰ ਵੀ ਕਾਹਲੀ ਪੈ ਗਈ, ਕਿਆ ਬਾਤ ਹੈ। ਮੈਂ ਟਾਈਗਰ ਵਾਲੀ ਆਵਾਜ਼ ਤਾਂ ਝੂਠੀ ਆ, ਟਾਈਗਰ ਵਾਲੀ ਆਵਾਜ਼ ਤਾਂ ਨਹੀਂ ਹੈਗੀ।
तो ये आ जी टाइगर फॉल, क्या बात है। बहुत सोहना यार ये वाटरफॉल, मतलब इन्ना ज़्यादा आवाज़ है ना, तो साड़ी आवाज़ जी सुन नहीं रही होनी, पता नहीं रिकॉर्ड हो रही है नहीं हो रही। बहुत ज़्यादा सोहना, तो साडा नहाउण दा पूरा मन बन रहा, पर साडे कोल कपड़े नहीं है, असीं लैके नहीं आए। ये वाटरफॉल आ, तो छोटे छोटे झरने जिवें कैथरों आ रहे, तो एक इस साइड तो भी आ रहे। लो भी आ बज गया, आ पड़ गया जवाक। ओ ठंडा ठंडा पानी किन्ना क, हम ठंड लग रही है। चलिया भी चलिया मुंडा, मैं तो पूरा एक्सपर्ट हाँ। तो यार हूँ अभी जा रहे हैं इस वाटरफॉल में बाय बाय करके, एक बहुत टाइम स्पेंड कर लिया, इन्ना जी सोचा नहीं कि इतने टाइम स्पेंड करा, बहुत ज़्यादा सोहना, तो मतलब नैचुरल अजे एक्सप्लोर है नहीं इन्ना, तो बहुत मजा आया सूँ इतने आके। हूँ अभी वापस जा रहे हैं, सूँ जाने टाइम बहुत लगना, ट्रैकिंग बहुत है। एक तो बहुत सोहनी लोकेशन सी यार, पहला पता ही लगे भी टाइम स्पेंड हो गया, मतलब घंटा लाता हूँ मिला, जो साढ़े दो तीन घंटे होर होंगे ना, अभी वो भी इतने ला देने से। एक होर गल है भी ट्रैकिंग की थकावट पूरी उतर जाती है, जिन्ना बंदा थकान महसूस करता इतने आके बड़ा रिफ्रैश। एक्चुअली अभी सवेरे ना इन स्किप करने की सोच रहे, मैं तो अमृत जो गल कर रहे थे, फिर अभी सोचा भी इन्नी दूर आए भी हाँ, रो रोज आ भी नहीं होंगे, भी एक बार जाके आईए कैंपटी, तो चलो फिर भी मसूरी आपां नूं नेड़े आ काफ़ी, तो पर ये जाके हुण मसूरी साडा जाण दा बिल्कुल मन नहीं, क्योंकि इन्ना जरूर पता जिवें ना मर्जी होवे कैंपटी वाटरफॉल ये तो सोहना नहीं होना, क्योंकि उहदियां वीडियोज वगैरह देखी आ। हाँ अभी वैसे गए नहीं है, दोनों दिल्ली तो सानूं कुछ मिले थे, वह पहले गए आ, वो कहते कैंपटी वाला तेरे सामने जीरो आ, तो पहले ही साडा मन नहीं सी, हुण असीं जांदे नहीं। चलो यार हुण तुहानूं वापस जाके मिलते हैं, साह बहुत चढ़ने वाला सानू, बुरा हाल होना बच्ची देखो, देखो कि भार चुकना दिखाओ, देखो इन्हें ये नाइन्थ चा ते ओ सिक्स चा, यहाँ देखो सारा इन्होंने चक के लैके उपरों पहाड़ तो लैके आईया ने, अपनी गाव ली है लै जू, इन्होंने एक्सपीरियंस है यार, आप तूड़ी पाने उदा इन्होंने यही पा देना, लग गया ब्रेका कपड़े लेने शुरू हो गए। अमृत ने भी जिप खोल ली जैकेट दी, फिर की आ तू जवान मुंडा यार, सब तो घट उम्र का तू आ साडे चो, लो भी यार छड गए हिम्मत। लो जी असं आए गए लगभग, वैसे उन्ना टाइम लग्या नहीं जिन्ना अस सोच रहे थे, और सामने साडा पार्किंग है, इतने बाइक्स खड़ियाँ पॉइंट आ, तो अभी 20 मिनट च आ गए, इन्ना टाइम लगे नहीं, सू लग रहा है कि सू काफ़ी टाइम लग जाए। सो ये जो अभी पढ़ रहे थे कि टाइगर फॉल्स में टाइगर फॉल का नाम क्यों दिता गया, ओके चलो इट्स टाइम टू गो।